ਵੇ ਤੂੰ ਪਟ ਬੈਠਾ ਅੰਦਰ ਵੇ ਅੰਦਰੋਂ ਪਟ ਲੈਣਗੇ ਚਟਕੀ ਤੇਰੇ ਪਤੰਦਰ ਅੰਦਰੋਂ ਪਟ ਲੈਣਗੇ ਕੀਤੇ ਮੋਲੀ ਕਰਦਾ ਖਾਰੇ ਕੀਤੇ ਨੋਟ ਚਲਾ ਦੇ ਵੇ ਧੀਆਂ ਭੈਣਾਂ ਦੇ ਪੈਸੇ ਮੋਦੀ ਸੰਦੂਖਾਂ ਵਿੱਚੋਂ ਕੜਾ ਤੇ ਮਾਰ ਕੇ ਵੇ ਮੋਦੀ ਜੀ ਨਾ ਨਕਲੀ ਨੋਟ ਚਲਾ ਕੇ ਮੰਗੇ ਵੇ ਮੋਦੀ ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦੀਆਂ ਰੌਣਕਾਂ ਤਾਂ ਹਰ ਪਾਸੇ ਵੇਖਣ ਨੂੰ ਮਿਲ ਰਹੀਆਂ ਨੇ, ਪਰ ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਤੇ ਨਵੇਕਲੇ ਤਰੀਕੇ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਦਰਅਸਲ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਦੇ ਖਿਲਾਫ ਸਾਡੇ ਕਿਸਾਨ ਸਾਡੇ ਵੀਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਡਟੇ ਹੋਏ ਨੇ, ਉੱਥੇ ਹੀ ਦੂਜੇ ਪਾਸੇ ਬੀਬੀਆਂ ਵੀ ਪੂਰਾ ਪੂਰਾ ਸਾਥ ਦੇ ਰਹੀਆਂ ਨੇ, ਫਿਰ ਭਾਵੇਂ ਕਿਸੇ ਵੀ ਤਰੀਕੇ ਨਾਲ ਕਿਉਂ ਨਾ ਹੋਣ। ਬੇਸ਼ੱਕ ਤਿਉਹਾਰ ਮਨਾਉਣੇ ਵੀ ਜ਼ਰੂਰੀ ਨੇ, ਪਰ ਤਿਉਹਾਰ ਮਨਾਉਣ ਦੇ ਨਾਲ ਨਾਲ ਕਿੰਝ ਇਹ ਬੀਬੀਆਂ ਮੋਦੀ ਸਰਕਾਰ ਨੂੰ ਲਾਹਨਤਾਂ ਪਾ ਰਹੀਆਂ ਨੇ, ਆਓ ਜ਼ਰਾ ਉਹ ਸੁਣਾ ਦਿੰਦੇ ਹਾਂ। ਸੰਦੂਖਾਂ ਵਿੱਚੋਂ ਕੜਾ ਤੇ ਮਾਰ ਜੇ ਵੇ ਮੋਦੀ ਜੀ ਨਾ ਨਕਲੀ ਨੋਟ ਚਲਾ ਤੇ ਮੰਗੇ ਵੇ ਮੋਦੀ ਜੀ ਤੇ ਮੋਦੀ ਨੇ ਦੁਖੀ ਕੀਤਾ ਸਾਨੂੰ ਤੇ ਤਾਂ ਅਸੀਂ ਬੁੜੀਆਂ ਨੇ ਅਸੀਂ ਆਪਦਾ ਪ੍ਰੋਗਰਾਮ ਬਣਾਇਆ। ਸੁਖਬੀਰ ਬਾਦਲ ਜਦੋਂ ਹੁਣ ਵੋਟਾਂ ਆਉਂਦੀਆਂ ਉਦੋਂ ਸਾਡੇ 12 ਚ ਚਿੱਟਾਂ ਲਿਖ ਲਿਖ ਦੇ ਜਾਂਦੇ ਆ, ਨਾ ਤਾਂ ਵੱਡੇ ਮੋਬਾਈਲ ਦੇਵਾਂਗੇ ਬੱਚਿਆਂ ਨੂੰ, ਨਾ ਨੌਕਰੀਆਂ ਦੇਵਾਂਗੇ। ਅੱਜ ਕਿੱਧਰ ਗਏ ਨੌਕਰੀਆਂ ਵਾਲੇ, ਸਾਰੇ ਇੱਕੋ ਹੀ ਇਹਨਾਂ ਦੀ ਪਾਲਟੀ ਆ, ਇੱਕੋ ਇਹਨਾਂ ਨੇ ਸਾਈਨ ਕਰਕੇ ਬਾਹਰ ਨਿਕਲੇ ਆ ਅਸਤੀਫਾ ਦੇ ਕੇ, ਤੇ ਸਿੱਖਾਂ ਨੂੰ ਜ਼ਿਮੀਂਦਾਰਾਂ ਨੂੰ ਆਦੇ ਕਿਸਾਨਾਂ ਨੂੰ ਵੀ ਤੁਸੀਂ ਵੀ ਅਸਤੀਫਾ ਦੇ ਦਿਓ, ਅਸੀਂ ਜਿਹੜੇ 2-2 ਕਿੱਲੇ ਜ਼ਮੀਨ ਆ ਉਹ ਵੀ ਇਹਨਾਂ ਨੂੰ ਦੇ ਦਈਏ, ਸਾਡੇ ਬੱਚੇ ਕਿੱਧਰ ਜਾਣਗੇ, ਅਸੀਂ ਦਿਹਾੜੀਆਂ ਕਰਾਂਗੇ ਕੀ ਕਰਾਂਗੇ, ਕਿ ਰੇਹੜੀਆਂ ਲਾਉਣਗੇ ਸਾਡੇ ਜਵਾਕ। ਆਪ ਤਾਂ ਹੁਣ ਚੰਡੀਗੜ੍ਹਾਂ 'ਚ ਜਾ ਕੇ ਬਹਿ ਜਾਂਦੇ, ਜਿਹੜਾ ਸਾਡੇ 12 'ਚ ਵੋਟਾਂ ਲੈਣ ਆਊਗਾ ਕੋਈ ਆਵੇ ਨਾ ਸਮਝ ਸੋਚ ਕੇ ਆਵੇ। ਇੱਥੇ ਸਾਨੂੰ 4 ਦਿਨ ਹੋ ਗਏ ਤੀਆਂ ਲਗਾਉਂਦੇ ਤੇ ਅਸੀਂ ਇਹ ਜਿਹੜੀਆਂ ਸੌਣ ਦੀਆਂ ਤੀਆਂ, ਵੈਸੇ ਤਾਂ ਇਹ ਤਿਉਹਾਰ ਧੀਆਂ ਦਾ ਤੇ ਧੀਆਂ ਦਾ ਕਹਿ ਕੇ ਮਨਾਇਆ ਜਾਂਦਾ, ਪਰ ਹੁਣ ਅਸੀਂ ਇਹ ਤਿਉਹਾਰ ਮੋਦੀ ਨੂੰ ਭੰਨਣ ਲਈ
ਜਾਂ ਮੋਦੀ ਨੂੰ ਅਸੀਂ ਆਪਦਾ ਸੁਨੇਹਾ ਸੁਣਾਉਣ ਲਈ ਮਨਾ ਰਹੇ ਹਾਂ ਕਿ ਮੋਦੀ ਜਿਹੜੇ ਵੀ ਤੂੰ ਹੁਣ ਕਾਨੂੰਨ ਬਣਾਏ ਆ ਉਹਨੂੰ ਤੂੰ ਰੱਦ ਕਰ ਅਤੇ ਕਿਸਾਨਾਂ ਨੂੰ ਘਰੇ ਭੇਜ ਕਿ ਅਸੀਂ ਆਪਦੀ ਖੁਸ਼ਹਾਲੀ ਨਾਲ ਜੀਏ। ਇਹਨੇ ਸਾਰੇ ਕੰਮਾਂ ਕਾਰਾਂ ਨੂੰ ਠੱਪ ਕਰ ਦਿੱਤਾ ਕਿ ਕਿਉਂਕਿ ਸਾਰੇ ਸਾਡੇ ਭੈਣ ਭਰਾ ਜਿੰਨੇ ਵੀ ਹੈ ਸਾਰੇ ਉੱਥੇ ਬੈਠੇ ਹੈ, ਕਿਸੇ ਦਾ ਵੀ ਧਿਆਨ ਆਪਦੇ ਕੰਮਾਂ ਕਾਰਾਂ ਵਿੱਚੋਂ ਹਟ ਕੇ ਮੋਦੀ ਵੱਲੀ ਹੀ ਹੋਇਆ ਪਿਆ। ਸਾਡੇ ਜਿਹੜੇ ਕਿਸਾਨ ਭਰਾ ਉੱਥੇ ਬੈਠੇ ਨੇ ਉਹ ਵੀ ਬੇਹੱਦ ਦੁਖੀ ਨੇ, ਉਹ ਖੁਸ਼ ਹੋ ਕੇ ਨਹੀਂ ਬੈਠੇ ਹੋਏ ਨੇ ਉੱਥੇ। ਸਾਡਾ ਸਿਰਫ ਇਹੀ ਉਹਨਾਂ ਨੂੰ ਮੋਦੀ ਨੂੰ ਸੁਨੇਹਾ ਲਾਉਣਾ ਹੈ ਕਿ ਜਿਹੜਾ ਵੀ ਉਹਨੇ ਕਾਨੂੰਨ ਬਣਾਇਆ ਉਹ ਛੇਤੀ ਤੋਂ ਛੇਤੀ ਰੱਦ ਕਰੇ ਅਤੇ ਸਾਡੇ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਜਿਹੜਾ ਰੇੜਕਾ ਹੈ ਉਹ ਜਲਦ ਤੋਂ ਜਲਦ ਖਤਮ ਹੋਏ ਤਾਂ ਜੋ ਕਿਸਾਨ ਵੀਰ ਆਪਣੇ ਘਰਾਂ ਨੂੰ ਵਾਪਸ ਪਰਤ ਕੇ ਖੁਸ਼ੀ ਖੁਸ਼ੀ ਸਾਰੇ ਤਿਉਹਾਰ ਮਨਾ ਸਕਣ। ਸ਼੍ਰੀ ਮੁਕਤਸਰ ਸਾਹਿਬ ਤੋਂ ਇਸ਼ਫਾਕ ਟੁੱਡੀ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਬਿਸਮਨ ਸਿੰਘ, ਮੇਰੇ ਅਤੇ ਗਲੋਬਲ ਪ੍ਰੈਜੈਂਸ ਗਰੁੱਪ ਦੀ ਸਮੁੱਚੀ ਟੀਮ ਵੱਲੋਂ ਸਾਰੇ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਆਓ ਅੱਜ ਅਸੀਂ ਸਾਰੇ ਭਾਰਤੀ ਹੋਣ ਦਾ ਮਾਣ ਮਹਿਸੂਸ ਕਰੀਏ। ਜੈ ਹਿੰਦ। ਸਤਿ ਸ਼੍ਰੀ ਅਕਾਲ ਜੀ, WMK ਸਟੇਟਸ ਵੱਲੋਂ ਮੈਂ ਇਕਬਾਲ ਸਿੰਘ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਇੰਡੀਪੈਂਡੈਂਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਚੰਡੀਗੜ੍ਹ ਮੋਹਾਲੀ 'ਚ ਪ੍ਰੋਪਰਟੀ ਸੇਲ ਪਰਚੇਜ਼ ਕਰਨ ਲਈ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਮੈਂ ਜਗਵਿੰਦਰਪਾਲ ਸਿੰਘ ਜੱਗਾ, ਹਲਕਾ ਇੰਚਾਰਜ ਮਜੀਠਾ। ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਅਤੇ ਜੋ ਸਾਡਾ ਦੇਸ਼ ਜਾਂ ਸਾਰਾ ਵਰਲਡ ਤਕਰੀਬਨ 2 ਸਾਲ ਤੋਂ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆਇਆ ਵਾ, ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਜਿਹੜੀ ਨਾਮਰਾਦ ਬਿਮਾਰੀ ਹੈ ਇੱਥੋਂ ਸਾਡਾ ਛੁਟਕਾਰਾ ਪਾਇਆ ਜਾਵੇ। ਅਤੇ ਸੈਂਟਰ ਗੌਰਮੈਂਟ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਜਿਹੜੇ ਕਾਲੇ ਕਾਨੂੰਨ ਇਹਨੂੰ ਵਾਪਸ ਲਓ, ਇਹ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।